ਮੇਰਾ ਨਾਮ ਸੁਨੀਤਾ ਆ, ਮੈਂ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੀ ਹਾਂ। ਮੈਂ 10th ਪਲੱਸ 2 ਜਿਹੜੀ ਆ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਅਤਵਾਲ ਤੋਂ ਕੀਤੀ ਆ, ਔਰ ਫਿਰ ਮੈਂ BCA ਕੀਤੀ ਆ HIMT ਕਾਲਜ ਬਾਗਪੁਰ ਤੋਂ। BCA ਕੀਤੀ, ਉਹ ਤੋਂ ਬਾਅਦ ਕੀ ਆ ਇੱਥੇ ਪਤਾ ਨਹੀਂ ਸੀ ਕੁਛ ਕਿ ਕੀ ਕਰਨਾ। ਫਿਰ ਇੱਕ ਫਰੈਂਡ ਆ ਕੁਲਵਿੰਦਰ, ਉਹਨੂੰ ਕਿਹਾ ਵੀ ਜਸਟ ਕਿ ਅੱਗੇ ਕੀ ਕਰੀਏ ਕਿੱਦਾਂ ਆ। ਫਿਰ ਉਹਨੇ ਸਾਨੂੰ ਇੱਥੇ ਕੋਡਰੀਟੀ ਆ ਇੰਸਟੀਚਿਊਟ ਇੱਥੇ ਵੀ ਦੱਸਿਆ ਕਿ ਤੁਸੀਂ ਉੱਥੇ ਜਾਓ, ਵੀ ਸਰ ਆ ਤੁਹਾਨੂੰ ਉਹ ਕਿ ਗਾਈਡ ਕਰੂ। ਕਿ ਫਿਰ ਅਸੀਂ ਇੱਥੇ ਆਏ, ਸਾਡਾ ਕੋਈ ਵੀ ਮਤਲਬ ਗੋਲ ਵਗੈਰਾ ਨਹੀਂ ਸੀਗੇ ਕੀ ਕਰਨਾ ਅੱਗੇ ਕਿੱਦਾਂ ਜੋ ਵੀ ਆ। ਫਿਰ ਇੱਥੇ ਆਏ ਵੀ ਬਸ ਇੰਨਾ ਸੀਗਾ ਕਿ ਕੁਛ ਮਤਲਬ ਉੱਥੇ ਪ੍ਰੈਕਟੀਕਲ ਨੌਲੇਜ ਵਗੈਰਾ ਸਾਨੂੰ ਕੁਛ ਨਹੀਂ ਦਿੱਤੀ ਸੀ ਵੀ ਕੰਪਿਊਟਰ ਦਾ ਮਤਲਬ ਕੁਛ ਆਉਂਦਾ ਹੋਵੇ ਵੀ ਕੋਰਸ ਕਰਨਾ। ਫਿਰ ਅਸੀਂ ਜਦੋਂ ਇੱਥੇ ਆਏ ਫਿਰ ਸਰ ਨੇ ਸਾਨੂੰ ਸਮਝਾਇਆ ਕਿ ਨਹੀਂ, ਜੇ ਤੁਸੀਂ ਲਾਈਫ ਦੇ ਵਿੱਚ ਕੁਛ ਕਰਨਾ ਪਹਿਲਾਂ ਤੁਹਾਨੂੰ ਕਿ ਆਪਣਾ ਇੱਕ ਗੋਲ ਆ ਜਿਹੜਾ ਉਹ ਸੈੱਟ ਕਰਨਾ ਪੈਣਾ। ਫਿਰ ਸਾਨੂੰ ਸਰ ਨੇ ਦੱਸਿਆ ਕਿ ਅਗਰ ਤੁਹਾਡਾ ਗੋਲ ਸੈੱਟ ਹੋਊਗਾ ਤਾਂ ਹੀ ਤੁਸੀਂ ਮਤਲਬ ਕੁਛ ਕਰ ਸਕਦੇ ਅੱਗੇ, ਨਹੀਂ ਤਾਂ ਫਿਰ ਕੀ ਆ ਇੱਦਾਂ ਹੀ ਹੋ ਜਾਣਾ, ਕਦੀ ਕੁਛ ਕਰੂੰਗੇ ਕਦੀ ਕੁਛ। ਅਤੇ ਸਰ ਨੇ ਸਾਨੂੰ ਦੱਸਿਆ ਉਸ ਅਕੋਰਡਿੰਗ ਕੀ ਆ, ਅਸੀਂ ਫਿਰ ਇੱਥੇ ਇਹਨੂੰ ਜੁਆਇਨ ਕੀਤਾ ਔਰ ਆਪਣਾ ਇੱਕ ਗੋਲ ਜਿਹੜਾ ਬਣਾਇਆ ਉਹਦੇ ਰਿਗਾਰਡਿੰਗ ਕੀ ਆ ਅਸੀਂ ਮਤਲਬ ਸਾਰਾ ਕੁਛ ਕਰਦੇ। ਮੈਂ ਸਟੱਡੀ ਵਗੈਰਾ ਆ ਔਰ BCA ਤੋਂ ਬਾਅਦ ਦੱਸਿਆ ਕਿ ਯਾਨੀ ਕਿ ਮਤਲਬ ਉਸ ਫੀਲਡ ਦੇ ਅਕੋਰਡਿੰਗ ਕਿ ਸਾਨੂੰ ਜਿਹੜਾ ਸਾਡਾ ਵੈਬ ਡਿਜ਼ਾਇਨ ਉਹ ਸਾਡੇ ਲਈ ਵਧੀਆ ਆ ਕਿਉਂਕਿ ਅੱਜ ਕੱਲ੍ਹ ਇਹਦਾ ਜਿਹੜਾ ਸਕੋਪ ਆ ਬਹੁਤ ਜ਼ਿਆਦਾ ਆ। ਫਿਰ ਇਸ ਲਈ ਅਸੀਂ ਇੱਥੇ ਹੁਣ ਮੈਂ ਵੈਬ ਡਿਜ਼ਾਇਨਿੰਗ ਦਾ ਕੋਰਸ ਕਰਦੀ ਪਈ ਹਾਂ। ਮਤਲਬ ਪਹਿਲਾਂ ਤਾਂ ਕੁਛ ਸੀਗਾ ਹੀ ਨਹੀਂ, ਮਤਲਬ ਨਾ ਕੋਨਫੀਡੈਂਸ ਵਗੈਰਾ ਕੁਛ ਨਹੀਂ ਸੀਗਾ, ਮਤਲਬ ਪਹਿਲਾਂ ਨਾ ਕਾਲਜ ਵਗੈਰਾ 'ਚ ਕਦੀ ਕਿਤੇ ਕੋਈ ਕੰਪੀਟੀਸ਼ਨ ਨਹੀਂ ਕੀਤਾ, ਨਾ ਕੋਈ ਪਾਰਟੀਸਪੇਟ ਕੀਤਾ, ਮਤਲਬ ਕੁਛ ਨਹੀਂ ਸੀਗਾ। ਜਦੋਂ ਇੱਥੇ ਆਏ ਫਿਰ ਸਰ ਨੇ ਸਾਨੂੰ ਕਿਹਾ ਮਤਲਬ ਇੱਥੇ ਐਕਟੀਵਿਟੀਜ਼ ਵਗੈਰਾ ਹੁੰਦੀਆਂ ਸੀ, ਸਾਰਾ ਕੁਛ ਸੀਗਾ, ਪ੍ਰਜੈਂਟ ਕਰਨਾ, ਸਪੀਚ ਵਗੈਰਾ ਦੇਣੀ, ਉਹ ਸਾਰਾ ਕੁਛ ਮਤਲਬ ਹੌਲੀ ਹੌਲੀ ਸ਼ੁਰੂ ਕੀਤਾ। ਫਿਰ ਹੁਣ ਕੋਨਫੀਡੈਂਸ ਜਿਹੜਾ ਆ ਉਹ ਥੋੜ੍ਹਾ ਬਹੁਤਾ ਆਇਆ ਆ ਬੋਲਣ ਦਾ, ਉਹਨੂੰ ਇਨਕਰੀਜ਼ ਕਰਦੇ ਪਏ ਹਾਂ, ਮਤਲਬ ਆ ਰਿਹਾ ਕਾਫੀ ਹੱਦ ਤੱਕ ਸੁਧਾਰ ਆ ਗਿਆ ਆਪਣੇ 'ਚ। ਮਤਲਬ ਹੁਣ ਕੋਈ ਵੀ ਗੱਲ ਆ ਜਿਹੜੀ ਆਪਣੀ ਆ ਉਹਨੂੰ ਕਹਿ ਸਕਦੇ ਕਿਸੇ ਨੂੰ, ਮਤਲਬ ਸਮਝਾ ਸਕਦੇ ਹਾਂ, ਉਹ ਚੱਲ ਰਿਹਾ ਕਿ ਹੁਣ ਇੱਥੇ ਮਤਲਬ ਬਹੁਤ ਵਧੀਆ ਕੋਡਰਿਟੀ ਦੀ ਫੈਸਿਲਿਟੀ ਜਿਹੜੀ ਸਾਨੂੰ ਪ੍ਰੋਵਾਈਡ ਕੀਤੀ ਜਾਂਦੀ ਆ। ਇਕੱਲੇ ਇਕੱਲੇ ਮਤਲਬ ਸਟੂਡੈਂਟ ਨੂੰ ਕੀ ਆ ਜੋ PC ਵਗੈਰਾ ਦਿੱਤਾ ਜਾਂਦਾ ਆ, ਔਰ ਸਾਡੇ ਲਈ ਕੀ ਜਿਹੜੀ ਟਾਈਮਿੰਗ ਵੀ ਆ ਉਹ ਜ਼ਿਆਦਾ, ਮਤਲਬ ਕਿ ਜਿੱਦਾਂ ਹੋਰ ਇੰਸਟੀਚਿਊਟ 'ਚ ਆ 2-2.5 ਘੰਟੇ ਹੁੰਦੀ ਆ, ਪਰ ਇੱਥੇ ਤੁਹਾਨੂੰ 3-4 ਘੰਟੇ ਕੀ ਅਸੀਂ ਲਗਾ ਲੈਂਦੇ ਹਾਂ, ਮਤਲਬ ਕਿ ਜ਼ਿਆਦਾ ਹੀ ਆ ਬਾਕੀ ਇੰਸਟੀਚਿਊਟ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ। ਔਰ ਇੱਥੇ ਐਕਟੀਵਿਟੀਜ਼ ਵਗੈਰਾ ਸਾਨੂੰ ਪ੍ਰੋਵਾਈਡ ਕੀਤੀ ਜਾਂਦੀ ਆ, ਮਤਲਬ ਜੇ ਲਗਾਤਾਰ ਅਸੀਂ ਪੜ੍ਹੇ ਜਾਈਏ ਤਾਂ ਉਹਦੇ ਨਾਲ ਥੋੜ੍ਹਾ ਹੋ ਜਾਂਦਾ। ਫਿਰ ਐਕਟੀਵਿਟੀਜ਼ ਕਰਵਾਈ ਜਾਂਦੀ ਮਾਇੰਡ ਫਰੈਸ਼ ਕਰਨ ਦੇ ਲਈ, ਸਾਨੂੰ ਲੈਕਚਰ ਵਗੈਰਾ ਦਿੱਤੇ ਜਾਂਦੇ ਆ ਪਰਸਨੈਲਿਟੀ ਡਿਵੈਲਪਮੈਂਟ ਵਗੈਰਾ ਦੇ। ਔਰ ਸਾਡੇ ਲਈ ਪਹਿਲਾਂ ਸੀਗਾ ਕਿ ਇੰਗਲਿਸ਼ ਕੋਰਸ ਸਾਨੂੰ ਪ੍ਰੋਵਾਈਡ ਕੀਤਾ ਸੀਗਾ ਫ੍ਰੀ ਸੀਗਾ ਨਾਲ ਸਾਡੇ ਕੋਰਸ ਦੇ। ਡਰੀਟੀ ਟੈਕਨੋਲੋਜੀ ਦੇ ਟ੍ਰੇਨਰਸ ਜਿਹੜੇ ਆ ਉਹ ਤਾਂ ਮਤਲਬ ਬਹੁਤ ਜ਼ਿਆਦਾ ਵਧੀਆ ਆ, ਜਿੱਦਾਂ ਕਿ ਸਰ ਆ ਸਾਨੂੰ ਹੁਣ ਵੈਬ ਡਿਜ਼ਾਇਨਿੰਗ ਕਰਵਾਉਂਦੇ ਪਏ ਆ, ਇਹ ਸਾਨੂੰ ਮਤਲਬ ਸਾਨੂੰ ਜਿੱਦਾਂ ਕਰਵਾਉਂਦੇ ਆ ਬਹੁਤ ਵਧੀਆ ਤਰੀਕੇ ਨਾਲ, ਫਰੈਂਡਲੀ ਹੋ ਕੇ ਇੱਕਦਮ, ਕੋਈ ਵੀ ਮਤਲਬ ਇੱਦਾਂ ਨਹੀਂ। ਸਾਨੂੰ ਪਹਿਲਾਂ ਸਟਾਰਟਿੰਗ ਸੀਗਾ ਥੋੜ੍ਹਾ ਬਹੁਤਾ ਡਰ ਲੱਗਦਾ ਸੀਗਾ ਵੀ ਪਤਾ ਨਹੀਂ ਕਿੱਦਾਂ, ਮਤਲਬ ਪਹਿਲਾਂ ਪਤਾ ਨਹੀਂ ਸੀ ਸਰ ਕਿਸ ਮਤਲਬ ਉਹਨਾਂ ਦਾ ਬਿਹੇਵ ਕਿੱਦਾਂ ਆ, ਪਰ ਜਿੱਦਾਂ ਵੀ ਅਸੀਂ ਆਏ ਇੱਥੇ ਮਤਲਬ ਦੇਖਿਆ ਕਿ ਉਹਨਾਂ ਦਾ ਬਿਹੇਵ ਜਿਹੜਾ ਬਹੁਤ ਜ਼ਿਆਦਾ ਫਰੈਂਡਲੀ ਆ, ਸਾਨੂੰ ਇੰਨੀ ਚੀਜ਼ ਆ ਜਿਹੜੀ ਉਹ ਬਹੁਤ ਵਧੀਆ ਢੰਗ ਨਾਲ ਸਮਝਾਉਂਦੇ ਆ। ਕੋਈ ਵੀ ਪ੍ਰੋਬਲਮ ਆ ਜਾਂਦੀ ਉਹਨੂੰ ਦੱਸਦੇ ਕਿ ਕਿੱਦਾਂ ਅਸੀਂ ਕਰ ਸਕਦੇ ਹਾਂ, ਔਰ ਕਿੱਦਾਂ ਕਿ ਅਸੀਂ ਮਤਲਬ ਕੋਰਸ ਜਿਹੜਾ ਕਰਦੇ ਹਾਂ ਉਹਨੂੰ ਕੀ ਆ ਕਿੱਦਾਂ ਸੈਲਫ ਲਰਨਿੰਗ ਕਰਕੇ ਆਪ ਵੀ ਅਸੀਂ ਖੁਦ ਕਰ ਸਕਦੇ ਹਾਂ। ਔਰ ਇੱਥੇ ਮੈਮ ਆ ਜਿਹੜੇ ਉਹ ਵੀ ਮਤਲਬ ਸਰ ਜਿੱਦਾਂ ਨਹੀਂ ਹੁੰਦੇ ਕਿਸੇ ਵੇਲੇ ਕੋਈ ਵੀ ਪ੍ਰੋਬਲਮ ਆਉਂਦੀ ਆ ਉਹ ਅਸੀਂ ਪੁੱਛਦੇ ਹਾਂ ਤਾਂ ਸਾਨੂੰ ਕੀ ਆ ਉਹ ਸਮਝਾ ਦਿੰਦੇ ਕਿ ਇੱਦਾਂ ਨਹੀਂ ਇੱਦਾਂ ਆ, ਮਤਲਬ ਬਹੁਤ ਵਧੀਆ ਆ। ਜਿੱਦਾਂ ਕਿ ਹੋਰ ਇੰਸਟੀਚਿਊਟ 'ਚ ਦੇਖਿਆ ਜਾਵੇ ਤਾਂ ਕਿ ਉਹ ਕੋਈ ਵੀ ਸਾਨੂੰ ਨਾ ਆਪਣੇ ਜੋ ਅਸੀਂ ਕਰਦੇ ਪਏ ਕੋਰਸ ਤੋਂ ਇਲਾਵਾ ਕੁਛ ਹੋਰ ਇਨਫੋਰਮੇਸ਼ਨ ਨਹੀਂ ਦਿੰਦੇ, ਪਰ ਇੱਥੇ ਕੀ ਆ ਸਰ ਨੇ ਸਾਨੂੰ ਜਿੱਦਾਂ ਕਿ ਅਸੀਂ ਹੁਣ ਜੋਬ ਕਰਨੀ ਆ ਅੱਗੇ ਜਾ ਕੇ ਉਹਦੇ ਰਿਗਾਰਡਿੰਗ ਕੀ ਆ ਕਿ ਦੱਸਦੇ ਆ ਕਿ ਅਸੀਂ ਜਿੱਦਾਂ ਵੀ ਕਿਸੇ ਹੋਰ ਕੰਪਨੀ 'ਚ ਜਾਊਂਗੇ ਉੱਥੇ ਇੰਨੀ ਇੰਨੀ ਕੁ ਇਨਫੋਰਮੇਸ਼ਨ ਸਾਨੂੰ ਦਿੰਦੇ, ਮਤਲਬ ਕਿ ਅਸੀਂ ਕਿੱਦਾਂ ਉੱਥੇ ਬਿਹੇਵ ਕਰਨਾ ਜਾਂ ਜੋ ਵੀ ਆ ਕੰਮ ਵਗੈਰਾ ਕਰਨਾ, ਮਤਲਬ ਕਿ ਕੋਈ ਵੀ ਇੱਦਾਂ ਮਤਲਬ ਇਨਫੋਰਮੇਸ਼ਨ ਨਹੀਂ ਦਿੰਦਾ ਕਿ ਕਿੱਦਾਂ ਅਸੀਂ ਕਰ ਸਕਦੇ ਹਾਂ। ਸਿਰਫ ਉਹ ਕੀ ਕਰਦੇ ਕੋਰਸ ਬਾਰੇ ਪੜ੍ਹਾਉਂਦੇ ਆ ਕਿ ਇੱਦਾਂ ਇੱਦਾਂ ਆਪਣਾ ਕਰੋ ਸਿਰਫ, ਪਰ ਸਰ ਇੱਦਾਂ ਨਹੀਂ, ਉਹ ਸਾਨੂੰ ਹੋਰ ਵੀ ਮਤਲਬ ਜੋਬ ਦੇ ਰਿਗਾਰਡਿੰਗ ਜਾਂ ਹੋਰ ਵੀ ਇਨਫੋਰਮੇਸ਼ਨ ਵਗੈਰਾ ਪ੍ਰੋਵਾਈਡ ਕਰਦੇ ਆ ਕਿ ਕਿੱਦਾਂ ਅਸੀਂ ਕਰ ਸਕਦੇ ਹਾਂ। ਜਿੱਦਾਂ ਕਿ ਸਾਡੇ ਨਾਲ ਦੇ ਫਰੈਂਡਸ ਵਗੈਰਾ ਸੀਗੇ ਉਹ ਮਤਲਬ ਹੋਰ ਇੰਸਟੀਚਿਊਟ ਵਗੈਰਾ 'ਚ ਲੱਗੇ ਸੀ, ਉਹਨੇ ਸਾਨੂੰ ਦੱਸਿਆ ਕਿ ਸਾਨੂੰ ਇੱਥੇ ਕੀ ਆ ਪਹਿਲਾਂ ਸਟਾਰਟਿੰਗ 'ਚ ਸੀਗਾ ਕਿ ਪ੍ਰੈਕਟੀਕਲ ਕਰਵਾਇਆ ਥੋੜ੍ਹਾ ਬਹੁਤਾ, ਫੇਕ ਹੀ ਸੀਗਾ ਕਿ ਬੋਰਡ 'ਤੇ ਸਮਝਾਉਣ ਲੱਗ ਪਏ, ਮਤਲਬ ਥਰੈਟੀਕਲ ਹੋ ਗਿਆ ਕਿ ਮਤਲਬ ਹੌਲੀ ਹੌਲੀ ਹੁਣ ਜਿੱਦਾਂ ਸੀਗਾ ਲਾਸਟ ਮੰਥ 'ਚ ਵੀ ਬੰਦੇ ਕਰਤਾ ਨਾ ਕੁਛ ਪ੍ਰੈਕਟੀਕਲ ਨਾ ਥਰੈਟੀਕਲ ਕੁਛ ਵੀ ਲੈਕਚਰ ਵਗੈਰਾ ਨਹੀਂ ਦਿੰਦੇ ਸੀ। ਪਰ ਇੱਥੇ ਕੀ ਸੀਗਾ ਜਿੱਦਾਂ ਅਸੀਂ ਸਟਾਰਟਿੰਗ ਵਗੈਰਾ 'ਚ ਆਏ ਸੀਗੇ ਕਿ ਸਾਨੂੰ ਪ੍ਰੈਕਟੀਕਲ ਵਗੈਰਾ ਨੌਲੇਜ ਦਿੱਤੀ ਜਾਂਦੀ ਸੀ, ਨਾਲ ਮਤਲਬ ਕਿ ਦੱਸਿਆ ਕਿ ਸੈਲਫ ਲਰਨਿੰਗ ਕਰਕੇ ਅਸੀਂ ਕਿੱਦਾਂ ਖੁਦ ਆਪ ਸਿੱਖ ਸਕਦੇ ਹਾਂ। ਅਤੇ ਹੁਣ ਜਾਣ ਕੇ ਮਤਲਬ ਲਾਸਟ 'ਚ ਅਸੀਂ ਸਾਡੇ ਮੰਥ 6 ਮੰਥ ਦਾ ਕੀਤਾ ਸੀ, ਹੁਣ ਲਾਸਟ 'ਚ ਆਏ, ਮਤਲਬ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਕੀ ਆ ਜਿੱਦਾਂ ਕਿ ਉਸੇ ਤਰ੍ਹਾਂ ਚੱਲਦਾ ਪਿਆ ਆ, ਕੋਈ ਵੀ ਮਤਲਬ ਚੇਂਜ ਵਗੈਰਾ ਨਹੀਂ ਹੋਇਆ ਕਿ ਪਹਿਲਾਂ ਕਰਵਾਤਾ ਜਾਂ ਹੁਣ ਨਹੀਂ ਕਰਵਾਇਆ। ਇੱਕ ਤਾਂ ਇਹ ਸਭ ਤੋਂ ਮਤਲਬ ਵਧੀਆ ਆ ਇਸ ਇੰਸਟੀਚਿਊਟ ਦੇ ਵਿੱਚ,
ਮੈਂ ਕੋਡਰਿਟੀ ਟੈਕਨੋਲੋਜੀ ਨੂੰ 5 star ਦੇਣਾ ਚਾਹੂੰਗੀ ਕਿਉਂਕਿ ਇੱਥੇ ਆਣ ਕੇ ਹੀ ਜਿੱਦਾਂ ਕਿ ਸਾਰੀ ਮੇਰੀ ਪੂਰੀ ਮਤਲਬ ਕਿ ਲਾਈਫ ਜਿਹੜੀ ਇੱਕ ਕਹਿ ਲਓ ਇੱਕ ਹਿਸਾਬ ਨਾਲ ਸੈੱਟ ਹੋਈ। ਪਹਿਲਾਂ ਮਤਲਬ ਕੁਛ ਨਹੀਂ ਸੀਗਾ ਕਿੱਦਾਂ ਕੀ ਕਰਨਾ ਕੀ ਨਹੀਂ, ਬਸ ਇੰਨਾ ਹੀ ਸੀਗਾ। ਉੱਥੇ ਪ੍ਰੈਕਟੀਕਲ ਵਗੈਰਾ ਨੌਲੇਜ ਹੈ ਨਹੀਂ BCA ਕਰ ਲਈ ਵੀ ਕੁਛ ਨਹੀਂ। ਹੁਣ ਇੱਥੇ ਆ ਕੇ ਬਸ ਇਹ ਹੋਇਆ ਇੱਕ ਗੋਲ ਸੈੱਟ ਜਿੱਦਾਂ ਕਿ ਹੋਇਆ ਹੁਣ ਕਿ ਹਾਂ ਮੈਨੂੰ ਇੱਦਾਂ ਲੱਗ ਰਿਹਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਕੁਛ ਕਰ ਸਕਦੀ ਹਾਂ। ਇੱਥੇ ਆ ਕੇ ਮਤਲਬ ਕੌਨਫੀਡੈਂਸ ਸਾਰਾ ਇੱਥੇ ਹੀ ਇੰਪਰੂਵ ਹੋਇਆ ਮੇਰਾ। ਮਤਲਬ ਪਹਿਲਾਂ ਕੁਛ ਨਹੀਂ ਸੀਗਾ ਜਿੱਦਾਂ ਵੀ ਜੋ ਵੀ ਆ। ਅੱਜ ਮੈਂ ਤੁਹਾਡੇ ਸਾਹਮਣੇ ਬੋਲ ਰਹੀ ਹਾਂ ਸਭ ਮਤਲਬ ਕੋਡਰਿਟੀ ਦਾ ਹੀ ਆ। ਮੈਂ ਉਹਨਾਂ ਨੂੰ ਥੈਂਕਸ ਕਹਿਣਾ ਚਾਹੂੰਗੀ ਬਹੁਤ ਜ਼ਿਆਦਾ ਕਿ ਉਹਨੇ ਇਸ ਲਾਇਕ ਮੈਨੂੰ ਬਣਾਇਆ ਕਿ ਮੈਂ ਆਪਣੀ ਲਾਈਫ ਦੇ ਵਿੱਚ ਹੁਣ ਕੁਛ ਕਰ ਸਕਦੀ ਹਾਂ।